ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਅਤੇ ਦੋਸਤੋ, ਬਹੁਤ ਹੀ ਵੱਡੀ ਖੁਸ਼ਖਬਰੀ ਦੀ ਜਿਹੜੀ ਨਿਊਜ਼ ਆ ਸਾਡੇ ਕੋਲ, ਜਿਹੜਾ ਅਸੀਂ ਕਹਿੰਦੇ ਹੁੰਦੇ ਸੀ ਮੰਗ ਪੱਤਰ ਵਿੱਚ ਅਸੀਂ ਲਿਖਿਆ ਸੀਗਾ ਕਿ ਸਾਨੂੰ ਇੱਕ ਜਿਹੜਾ ਚਾਰਟ ਹੈ, ਇੱਕ ਸਾਡੀ ਡੇਟ ਸ਼ੀਟ ਜਾਰੀ ਕਰ ਦਿਓ ਕਿ ਕਦੋਂ ਕਿਹੜੀ ਭਰਤੀ ਆ ਰਹੀ ਹੈ। ਸੋ ਉਹ ਡੇਟ ਸ਼ੀਟ, ਉਹ ਚਾਰਟ ਤੁਸੀਂ ਕਹਿ ਸਕਦੇ ਹੋ ਦੋਸਤੋ, ਤਿਆਰ ਹੋ ਚੁੱਕਿਆ। ਭਰਤੀਆਂ ਦਾ ਵੱਖ ਵੱਖ ਤਰ੍ਹਾਂ ਦੀਆਂ, ਪੰਜਾਬ ਪੁਲਿਸ ਦੀ ਵੀ ਭਰਤੀ ਹੈ, ਇਹਦੇ ਵਿੱਚ ਸਾਰੇ ਮਹਿਕਮਿਆਂ ਦੇ ਵਿੱਚ ਜਿਹੜੀਆਂ ਭਰਤੀਆਂ ਨੇ ਅਤੇ ਉਹਦਾ ਉਹਨਾਂ ਦਾ ਚਾਰਟ ਅਤੇ ਉਹਨਾਂ ਨੂੰ ਕਿਹੜੀ ਏਜੰਸੀ ਲੈ ਰਹੀ ਹੈ, ਸਾਰਾ ਕੁਝ ਡਿਟੇਲ ਵਿੱਚ ਤੁਹਾਨੂੰ ਦੱਸਾਂਗਾ। ਵੀਡੀਓ ਨੂੰ ਲਾਸਟ ਤੱਕ ਦੇਖਿਓ ਅਤੇ ਜੇ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਲਾਈਕ ਜ਼ਰੂਰ ਕਰ ਦਿਓ, ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ ਦੋਸਤੋ ਵੀਡੀਓ। ਤੁਸੀਂ ਦੇਖ ਸਕਦੇ ਹੋ ਪੋਸਟਾਂ, ਸਭ ਤੋਂ ਪਹਿਲਾਂ ਐਗਰੀਕਲਚਰ ਦੀਆਂ 80 ਵੈਕੈਂਸੀਜ਼ ਨੇ, ਐਨੀਮਲ ਹਸਬੈਂਡਰੀ ਦੀਆਂ 238, ਕੋਆਪਰੇਸ਼ਨ ਦੀਆਂ ਯਾਨੀ ਕਿ ਕੋਆਪਰੇਟਿਵ ਬੈਂਕ ਵਿੱਚ 777, ਗਰੁੱਪ ਬੀ ਅਤੇ ਸੀ ਦੀਆਂ ਪੋਸਟਾਂ ਨੇ, ਠੀਕ ਹੈ। ਉਸ ਤੋਂ ਬਾਅਦ ਐਕਸਾਈਜ਼ ਡਿਪਾਰਟਮੈਂਟ ਅਤੇ ਟੈਕਸੇਸ਼ਨ ਡਿਪਾਰਟਮੈਂਟ ਵਿੱਚ 246 ਪੋਸਟਾਂ ਨੇ ਜੀ, ਗਰੁੱਪ ਬੀ ਅਤੇ ਸੀ ਦੀਆਂ, ਠੀਕ ਹੈ। ਇਹਨਾਂ ਨੂੰ PPSC ਅਤੇ SSSB ਬੋਰਡ ਜਿਹੜਾ ਕੰਡਕਟ ਕਰਵਾ ਰਿਹਾ, ਇਹ ਨਾਲ ਨਾਲ ਇਹ ਵੀ ਦੇਖੀ ਚੱਲੋ, ਠੀਕ ਹੈ। ਸਾਰਾ ਕੁਝ ਦੱਸਾਂਗੇ ਦੋਸਤੋ, ਵੀਡੀਓ ਲਾਸਟ ਤੱਕ ਦੇਖਿਓ, ਸਾਰਾ ਕੁਝ ਆ ਵੀਡੀਓ ਦੇ ਵਿੱਚ। ਉਸ ਤੋਂ ਬਾਅਦ ਫਾਈਨਾਂਸ ਦੀ ਗੱਲ ਕਰੀਏ, 446 ਪੋਸਟਾਂ, ਫੂਡ ਸਿਵਲ ਸਪਲਾਈਜ਼ ਦੀਆਂ 6 ਪੋਸਟਾਂ ਨੇ ਗਰੁੱਪ ਸੀ ਦੀ ਵਿੱਚ, ਠੀਕ ਹੈ। ਉਸ ਤੋਂ ਬਾਅਦ ਫੋਰੈਸਟ ਡਿਪਾਰਟਮੈਂਟ ਵਿੱਚ 204 ਪੋਸਟਾਂ ਨੇ ਦੋਸਤੋ, ਹੈਲਥ ਐਂਡ ਫੈਮਿਲੀ ਵੇਲਫੇਅਰ 2187 ਪੋਸਟਾਂ, ਹਾਇਰ ਐਜੂਕੇਸ਼ਨ ਲੈਂਗੁਏਜ ਵਿੱਚ 117 ਪੋਸਟਾਂ, ਅਤੇ ਹੋਮ ਅਫੇਅਰ ਜਸਟਿਸ ਹਾਂ ਜੀ, ਧਿਆਨ ਦਿਓ, ਠੀਕ ਹੈ। ਹੋਮ ਅਫੇਅਰ ਵਿੱਚ ਪੰਜਾਬ ਪੁਲਿਸ ਵੀ ਇਨਕਲੂਡ ਹੋ ਜਾਂਦੀ ਆ, 10,475 ਪੋਸਟਾਂ ਨੇ, ਗਰੁੱਪ ਏ ਗਰੁੱਪ ਬੀ ਦੀਆਂ ਪੋਸਟਾਂ, ਠੀਕ ਹੈ ਜੀ। ਇਹਨਾਂ ਨੂੰ PPSC ਜਿਹੜੀ ਆ ਕੰਡਕਟ ਕਰਵਾ ਰਹੀ ਹੈ, ਅਤੇ ਜਿਹੜੀ ਆ TCS ਤੁਸੀਂ ਇੱਥੇ ਸਾਈਡ 'ਤੇ ਵੇਖ ਸਕਦੇ ਹੋ, ਗਰੁੱਪ ਸੀ ਦੇ ਵਿੱਚ TCS, ਠੀਕ ਹੈ। ਇੱਥੋਂ ਤੁਸੀਂ ਸਿੱਧਾ ਸਿੱਧਾ ਆਪਣਾ ਅੰਦਾਜ਼ਾ ਲਾ ਸਕਦੇ ਹੋ, ਸਬ ਇੰਸਪੈਕਟਰ ਕੋਂਸਟੇਬਲ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹਾਊਸਿੰਗ ਅਰਬਨ ਡਿਵੈਲਪਮੈਂਟ 235 ਪੋਸਟਾਂ, ਲੋਕਲ ਗੌਰਮੈਂਟ 547 ਪੋਸਟਾਂ, ਠੀਕ ਹੈ। ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਤੁਸੀਂ ਪੋਸਟਾਂ ਦੇਖ ਸਕਦੇ ਹੋ, ਪਾਵਰ ਯਾਨੀ ਕਿ ਜਿਹੜਾ ਬਿਜਲੀ ਬੋਰਡ ਮਹਿਕਮਾ, 1690 ਪੋਸਟਾਂ, ਜਿਵੇਂ ਕਿ ਇਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਪ੍ਰਿਜ਼ਨ ਦੇ ਵਿੱਚ ਦੋਸਤੋ, ਜੇਲ੍ਹ ਵਾਰਡਰ ਦੀਆਂ ਇੱਥੇ ਜਿਹੜੀਆਂ ਪੋਸਟਾਂ ਨੇ, ਫਿਲਹਾਲ ਜੇਲ੍ਹ ਵਾਰਡਰ ਨੂੰ ਨਹੀਂ ਇਨਕਲੂਡ ਕੀਤਾ ਗਿਆ, ਇਹਦੇ ਵਿੱਚ 9 ਪੋਸਟਾਂ ਨੇ ਗਰੁੱਪ ਬੀ ਅਤੇ ਸੀ ਦੀਆਂ, ਠੀਕ ਹੈ। ਰਿਵੈਨਿਊ ਡਿਪਾਰਟਮੈਂਟ ਦੇ ਵਿੱਚ 8 ਪੋਸਟਾਂ, ਰੂਰਲ ਡਿਵੈਲਪਮੈਂਟ ਵਿੱਚ 803, ਸਕੂਲ ਐਜੂਕੇਸ਼ਨ ਵਿੱਚ 6452 ਪੋਸਟਾਂ। ਉਸ ਤੋਂ ਬਾਅਦ ਦੇਖ ਸਕਦੇ ਤੁਸੀਂ ਸਾਰੇ ਮਹਿਕਮੇ ਦੀਆਂ, ਇਹਨਾਂ ਨੇ ਪੂਰੀ ਡਿਟੇਲ ਦਿੱਤੀ ਹੋਈ ਹੈ ਜੀ, ਅਤੇ ਆਪਾਂ ਤੁਹਾਨੂੰ ਸਾਰਾ ਦਿਖਾਉਂਦੇ ਹਾਂ। ਲਾਸਟ 'ਤੇ ਤੁਸੀਂ ਦੇਖੋ, ਕੁੱਲ ਜਿਹੜੀਆਂ ਪੋਸਟਾਂ ਨੇ 26,388 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਆ ਜੀ ਇਹ, ਠੀਕ ਹੈ। ਸੋ ਤਿਆਰੀ ਆਪਣੀ ਜਿਹੜੀ ਹੁਣ ਖਿੱਚ ਲਓ, ਜ਼ਿਆਦਾ ਸਮਾਂ ਆਪਣੇ ਕੋਲ ਹੈ ਨਹੀਂ, ਨੋਟੀਫਿਕੇਸ਼ਨ ਬਸ ਥੋੜ੍ਹੇ ਦਿਨਾਂ ਵਿੱਚ ਹੀ ਆਪਣੇ ਕੋਲ ਆਉਣ ਵਾਲੇ ਨੇ। ਅਤੇ ਹੁਣ ਦੋਸਤੋ, ਇਹਨਾਂ ਨੇ ਟੈਂਟੇਟਿਵ ਡੇਟਸ ਵੀ ਅਨਾਊਂਸ ਕੀਤੀਆਂ ਹੋਈਆਂ ਨੇ, ਅਤੇ ਤੁਸੀਂ ਦੇਖ ਸਕਦੇ ਹੋ ਇੱਧਰ ਜਿਹੜਾ ਇੱਥੇ ਲਿਖਿਆ ਹੋਇਆ ਸਟੇਟਸ ਲਿਖਿਆ ਹੋਇਆ ਇਹਨਾਂ ਨੇ, ਇਹਦੇ ਸਟੇਟਸ ਦਾ ਮਤਲਬ ਹੈ ਕਿ ਡਿਪਾਰਟਮੈਂਟ ਨੂੰ ਕਦੋਂ ਨੋਟੀਫਿਕੇਸ਼ਨ ਭੇਜਿਆ ਜਾਊਗਾ, ਅਤੇ ਇੱਥੇ ਟੈਂਟੇਟਿਵ ਡੇਟਸ ਆ ਵੀ ਡਿਪਾਰਟਮੈਂਟ ਕਦੋਂ ਉਹਨਾਂ ਨੂੰ ਪਬਲਿਸ਼ ਕਰੂਗਾ। ਵਿਚਕਾਰ ਇਹਨਾਂ ਨੇ ਦਿੱਤਾ ਹੋਇਆ ਕਿ ਉਹਨਾਂ ਦੀ ਜਿਹੜੀ ਵੈਬਸਾਈਟ ਆ ਉਹ ਕਿਹੜੀ ਰਹੂਗੀ, ਠੀਕ ਹੈ ਜੀ। ਸੋ ਤੁਸੀਂ ਦੇਖ ਸਕਦੇ ਹੋ agri.punjab.gov.in, ਠੀਕ ਹੈ। ਇਹਨਾਂ ਨੂੰ ਨੋਟੀਫਿਕੇਸ਼ਨ 21-4 ਨੂੰ ਜਿਹੜਾ ਭੇਜਿਆ ਗਿਆ, ਅਤੇ ਉਸ ਤੋਂ ਬਾਅਦ PPSC ਨੇ ਹਜੇ ਨੋਟੀਫਾਈ ਇਹਨਾਂ ਨੂੰ ਕਰਨਾ, ਠੀਕ ਹੈ। ਇੱਧਰਲੇ ਪਾਸੇ ਹੈਗਾ ਵੀ ਜਿਹੜਾ ਡਿਪਾਰਟਮੈਂਟ ਆ ਉਹ ਕਦੋਂ ਪਬਲਿਸ਼ ਕਰੂਗਾ ਡੇਟਸ, ਠੀਕ ਹੈ। ਸੋ ਬਹੁਤ ਵਧੀਆ ਜਿਹੜਾ ਕੀਤਾ ਇਹ, ਬਹੁਤ ਵਧੀਆ ਅਪਡੇਟ ਆ ਇਹ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਵੇਟ ਕਰ ਰਹੇ ਸੀਗੇ ਕਦੋਂ ਤੋਂ, ਠੀਕ ਹੈ ਜੀ। ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਦਾ ਹਜੇ ਇਹਨਾਂ ਨੇ ਕੋਈ ਵੀ ਮੈਨਸ਼ਨ ਨਹੀਂ ਕੀਤਾ ਹੋਇਆ, ਠੀਕ ਹੈ। ਇੱਥੇ ਤੁਸੀਂ ਦੇਖ ਸਕਦੇ ਹੋ, ਆਹ ਸੀਗਾ ਪੰਜਾਬ ਪੁਲਿਸ ਦੇ ਚਾਹਵਾਨ, 13-9-21 ਅਤੇ 13-17-9-21 ਨੂੰ ਜਿਹੜਾ ਭੇਜਿਆ ਜਾਊਗਾ, ਅਤੇ ਨੋਟੀਫਾਈਡ ਹਜੇ PPSC ਨੇ ਕਰਨਾ, ਅਤੇ 6-4-22 ਨੂੰ ਜਿਹੜਾ punjabpolice.gov.in ਵਿੱਚ ਇਹ ਨੋਟੀਫਾਈ ਕੀਤਾ ਜਾਊਗਾ। ਬਾਕੀ ਤੁਸੀਂ ਕਮੈਂਟ ਕਰਕੇ ਦੋਸਤੋ ਜ਼ਰੂਰ ਦੱਸਣਾ, ਅਤੇ ਬਾਕੀ ਜੇ ਤੁਹਾਡੀ ਕੋਈ ਕੁਇਰੀਜ਼ ਹੁੰਦੀਆਂ ਨੇ ਤੁਸੀਂ ਕਮੈਂਟ ਬਾਕਸ ਵਿੱਚ ਸਾਡੇ ਨਾਲ ਗੱਲ ਕਰ ਸਕਦੇ ਹੋ, ਠੀਕ ਹੈ। ਸਾਰਾ ਕੁਝ ਇਹਨਾਂ ਨੇ ਦਿੱਤਾ ਹੋਇਆ, ਅਤੇ ਦੋਸਤੋ ਇਹ ਜਿਹੜਾ ਨੋਟੀਫਿਕੇਸ਼ਨ ਆ, ਜੇ ਤੁਸੀਂ ਇਹ ਪੜ੍ਹਨਾ ਚਾਹੁੰਦੇ ਹੋ ਤਾਂ ਮੈਂ ਟੈਲੀਗ੍ਰਾਮ 'ਤੇ ਆਲਰੇਡੀ ਪੋਸਟ ਕਰ ਦਿੱਤਾ। ਟੈਲੀਗ੍ਰਾਮ ਨੂੰ ਵੱਧੋ ਵੱਧ ਜੁਆਇਨ ਕਰੋ, ਟੈਲੀਗ੍ਰਾਮ ਦਾ ਜਿਹੜਾ ਲਿੰਕ ਹੈ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਅਤੇ ਨਾਲ ਹੀ ਇੰਸਟਾਗ੍ਰਾਮ ਨੂੰ ਵੀ ਜੁਆਇਨ ਕਰ ਲਓ, ਕਿਉਂਕਿ ਕਈ ਵਾਰ ਤੁਹਾਡੀ ਕੁਇਰੀਜ਼ ਹੁੰਦੀਆਂ ਨੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੁੰਦੇ ਹੋ, ਤੁਸੀਂ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰਕੇ ਸਾਨੂੰ ਮੈਸੇਜ ਕਰ ਸਕਦੇ ਹੋ, ਠੀਕ ਹੈ ਜੀ। ਸੋ ਬਹੁਤ ਵੱਡਾ ਇਹ ਜਿਹੜਾ ਚਾਰਟ ਡਿਪਾਰਟਮੈਂਟ ਨੇ ਜਾਰੀ ਕੀਤਾ ਗਿਆ, ਸੋ ਤੁਸੀਂ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਹੁਣ ਸ਼ੁਰੂ ਕਰ ਦਿਓ, ਕਿਉਂਕਿ ਜ਼ਿਆਦਾ ਜਿਹੜਾ ਸਮਾਂ ਆਪਣੇ ਕੋਲ ਨਹੀਂ ਹੈਗਾ, ਠੀਕ ਹੈ। ਸੋ ਦੋਸਤੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਅਗਲੇ ਅਪਡੇਟ ਨੂੰ ਲੈ ਕੇ,
ਅਤੇ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਵਧੀਆ ਹੋਵੇ। ਨੋਟੀਫਿਕੇਸ਼ਨ ਤੁਸੀਂ ਪੜ੍ਹ ਲਿਆ, ਖੁਸ਼ਖਬਰੀ ਹੈ ਸਾਰਿਆਂ ਦੇ ਲਈ। ਅਤੇ ਦੋਸਤੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।